ਮੈਂ ਫਾਸਟ ਨਿਊਜ਼ ਇੰਡੀਆ ਤੋਂ ਸੁਰਿਮ ਸੀ ਸਾਡੇ ਸੀਨੀਅਰ ਸ਼ਮਸ਼ੇਰ ਸਿੰਘ ਕਿਉਂਕਿ ਪੰਜਾਬ ਸਰਕਾਰ ਦਾ ਹੁਕਮ ਜਾਰੀ ਹੈ ਪੰਜਾਬ ਸਰਕਾਰ ਦਾ ਇਹ ਹੁਕਮ ਜਾਰੀ ਹੈ ਕਿਉਂਕਿ ਬੱਸਾਂ ਟਰਾਂਸਪੋਰਟ ਟੈਂਪੂ ਬਿਲਕੁਲ ਬੰਦ ਹੋ ਚੁੱਕੇ ਨੇ ਬਾਕੀ ਮੈਂ ਇਸ ਟਾਈਮ ਖਲੋਤਾਂ ਫਤਿਹਗੜ੍ਹ ਚੂੜੀਆਂ ਦੇ ਨਵੇਂ ਬੱਸ ਸਟੈਂਡ 'ਤੇ ਪਬਲਿਕ ਨੂੰ ਮੈਂ ਅਪੀਲ ਕਰਦਾ ਹਾਂ ਘਰੋਂ ਬਾਹਰ ਨਾ ਨਿਕਲਣ ਜੋ ਕਿ ਬੱਸਾਂ ਬਿਲਕੁਲ ਰੁਕ ਚੁੱਕੀਆਂ ਨੇ ਬਾਕੀ ਪੰਜਾਬ ਸਰਕਾਰ ਦਾ ਸਾਨੂੰ ਦਿਹਾਤ ਜਿਹੜੀ ਮੰਨਣੀ ਚਾਹੀਦੀ ਹੈ ਬਾਕੀ ਫਿਰ ਮੈਂ ਦੁਬਾਰਾ ਸਾਡੇ ਦੇਸ਼ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਬਹੁਤ ਫੈਲ ਚੁੱਕਿਆ ਹੈ ਇਸ ਕਰਕੇ ਫਿਰ ਮੈਂ ਅਪੀਲ ਕਰਦਾ ਪਬਲਿਕ ਨੂੰ ਘਰੋਂ ਬਾਹਰ ਨਾ ਨਿਕਲਣ ਜੇ ਨਿਕਲਣਾ ਹੈ ਮਾਸਕ ਪਾ ਕੇ ਨਿਕਲਣਾ ਬਾਕੀ ਆਪਣਾ ਬਿਲਕੁਲ ਆਲਾ ਦੁਆਲਾ ਬਿਲਕੁਲ ਸਾਫ਼ ਰੱਖਣ ਕਿਉਂਕਿ ਗੰਦਗੀ ਦੇ ਢੇਰ ਨਾ ਪਏ ਰਹਿਣ ਬਾਕੀ ਆਓ ਪਬਲਿਕ ਨਾਲ ਗੱਲ ਕਰਦੇ ਹਾਂ ਕਰਤੀ ਹੈ ਸਤਿ ਸ਼੍ਰੀ ਅਕਾਲ ਜਨਾਬ ਸਰ ਕੀ ਮਾਹੌਲ ਚਾਲ ਹੈਗਾ ਹੈ ਮਾਹੌਲ ਚਾਲ ਅੱਜ ਬੰਦ ਦਾ ਸੱਦਾ ਦਿੱਤਾ ਸੀ ਹਾਂਜੀ ਕੁਝ ਰੋਡ ਸਾਡੇ ਰੋਡ ਦੇ ਇਹਦੇ ਚੱਲਣ ਡਿਆ ਉਹਦੇ ਕਰਕੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਅੰਮ੍ਰਿਤਸਰ ਦੇ ਕੁਝ ਟਾਈਮ ਚੱਲਣ ਡਿਆ ਕੁਝ ਡੇਰੇ ਦੇ ਚੱਲਣ ਡਿਆ ਠੀਕ ਹੈ ਜੀ ਬਾਕੀ ਬੱਸਾਂ 'ਚ ਜੋ ਜਿਹੜੀ ਬੱਸਾਂ 'ਚ ਪਬਲਿਕ ਆ ਰਹੀ ਹੈ ਕਿੰਨੀ ਆ ਰਹੀ ਹੈ ਬਹੁਤ ਬੰਦ ਦੇ ਹੋਣ ਦੇ ਕਾਰਨ ਬਹੁਤ ਘੱਟ ਆ ਠੀਕ ਹੈ ਜੀ ਇਹ ਬੱਸ 'ਚ 5-7 ਸਵਾਰੀਆਂ ਵਾ ਠੀਕ ਹੈ ਜੀ ਇਹ 'ਚ ਕੋਈ 2-4 ਵੱਧ ਆ ਠੀਕ ਹੈ ਜੀ ਤੁਸੀਂ ਵੀ ਮਾਸ ਦੇ ਕਵਰ ਕਰੋ ਇਹਦੇ ਕਰਕੇ ਕੁਛ ਸਰਕਾਰ ਵੱਲੋਂ ਜਾਂ ਦਵਾਈਆਂ ਨੇ ਜਿਹੜੀਆਂ ਉਹਦੇ ਸਹੂਲਤਾਂ ਚੱਲੇ ਗਏ ਠੀਕ ਹੈ ਸਰ